ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅਤੇ ਅੱਜ ਹੈ 13 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 13 ਦਸੰਬਰ 2023 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪੋਜੀਸ਼ਨ ਨੰਬਰ 1 ਹਾਲ ਹੀ ਵਿੱਚ ਜਾਰੀ ਕੀਤੀ ਸਟਾਰਟਅਪ ਫੰਡਿੰਗ ਗਲੋਬਲ ਰੈਂਕਿੰਗ ਵਿੱਚ ਭਾਰਤ ਨੇ ਕਿੰਨਾ ਸਥਾਨ ਹਾਸਲ ਕੀਤਾ ਹੈ ਹਾਂਜੀ ਰੀਸੈਂਟਲੀ ਸਟਾਰਟਅਪ ਫੰਡਿੰਗ ਗਲੋਬਲ ਰੈਂਕਿੰਗ ਜਾਰੀ ਕੀਤੀ ਗਈ ਹੈ ਤੇ ਇਸ ਦੇ ਵਿੱਚ ਭਾਰਤ ਨੇ ਚੌਥਾ ਸਥਾਨ ਹਾਸਲ ਕੀਤਾ ਆਪਸ਼ਨ ਡੀ ਇਸ ਆ ਰਾਈਟ ਆਨਸਰ ਪਹਿਲਾ ਸਥਾਨ ਹਾਸਲ ਕੀਤਾ ਵਾ ਯੂ ਐਸ ਨੇ ਬ੍ਰਿਟੇਨ ਨੇ ਦੂਸਰਾ ਤੇ ਥਰਡ ਤੇ ਆ ਚਾਈਨਾ ਫੋਰਥ ਤੇ ਰਿਹਾ ਸਾਡਾ ਦੇਸ਼ ਭਾਰਤ ਨੈਕਸਟ ਕੁਐਸ਼ਨ हाल ही ਵਿੱਚ ਦੁਨੀਆ ਦੀ ਤੀਜੀ ਸਭ ਤੋਂ ਕੀਮਤੀ ਤੰਬਾਕੂ ਕੰਪਨੀ ਕਿਹੜੀ ਬਣ ਗਈ ਹਾਂਜੀ ਦੁਨੀਆ ਦੀ ਤੀਜੀ ਸਭ ਤੋਂ ਕੀਮਤੀ ਤੰਬਾਕੂ ਕੰਪਨੀ ਬਣੀ ਆ ਆਈਟੀਸੀ ਲਿਮਟਿਡ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ 68.6 ਡਾਲਰ ਅਰਬ ਡਾਲਰ ਦੇ ਬਾਜ਼ਾਰ ਦੇ ਪੂੰਜੀਕਰਨ ਦੇ ਨਾਲ ਆਈਟੀਸੀ ਲਿਮਟਿਡ ਦੁਨੀਆ ਦੀ ਤੀਜੀ ਸਭ ਤੋਂ ਕੀਮਤੀ ਤੰਬਾਕੂ ਕੰਪਨੀ ਬਣੀ ਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਵਰਲਡ ਐਸੋਸੀਏਸ਼ਨ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਏਜੰਸੀ ਦੀ ਵਿਸ਼ਵ ਨਿਵੇਸ਼ ਕਾਨਫਰੰਸ ਕਿੱਥੇ ਹੋਈ ਹਾਂਜੀ ਵਰਲਡ ਐਸੋਸੀਏਸ਼ਨ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਏਜੰਸੀ ਦੀ ਵਿਸ਼ਵ ਨਿਵੇਸ਼ ਕਾਨਫਰੰਸ ਨਵੀਂ ਦਿੱਲੀ ਦੇ ਵਿੱਚ ਹੋਈ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਤਨਖਾਹ ਵਾਲਾ ਸੀਈਓ ਕੌਣ ਬਣਿਆ ਹੈ ਹਾਂਜੀ ਸਭ ਤੋਂ ਵੱਧ ਤਨਖਾਹ ਵਾਲੇ ਸੀਈਓ ਬਣੇ ਆ ਥਿਉਰੀ ਡੈਲਪੋਰਟ অপশন B ਇਸ ਦਾ রাইਟ ਆਂਸਰ ਵਿਪਰੋ ਦੇ CEO ਆਹੀ ਤੇ ਭਾਰਤ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ CEO ਬਣਿਆ ਨੈਕਸਟ ਕੁਐਸਚਨ ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਨਾਲ ਕੂਟਨੀਤਿਕ ਸਬੰਧਾਂ ਦੇ 50 ਸਾਲ ਪੂਰੇ ਕੀਤੇ ਹਨ ਹਾਂਜੀ ਭਾਰਤ ਨੇ ਦੱਖਣੀ ਕੋਰੀਆ ਦੇ ਨਾਲ ਕੂਟਨੀਤਿਕ ਸਬੰਧਾਂ ਦੇ 50 ਸਾਲ ਪੂਰੇ ਕੀਤੇ অপশন B ਇਸ ਦਾ রাইਟ ਆਂਸਰ ਹੁਣ ਦੱਖਣੀ ਕੋਰੀਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸਾਊਥ ਕੋਰੀਆ ਜਾਨੀ ਕਿ ਦੱਖਣੀ ਕੋਰੀਆ ਇਸ ਦੀ ਕੈਪੀਟਲ ਆ ਸਿਓਲ ਕਰੰਸੀ ਆ ਸਾਊਥ ਕੋਰੀਅਨ ਵੌਨ ਪ੍ਰੈਜ਼ੀਡੈਂਟ ਆ ਯੂਨ ਸ਼ੁਕ ਯੋਲ ਦੱਖਣੀ ਕੋਰੀਆ ਦੁਨੀਆ ਦਾ ਸਭ ਤੋਂ ਵੱਡਾ ਚਿੰਟ ਸੈਂਟਰ ਬਣਾਏਗਾ ਦੱਖਣੀ ਕੋਰੀਆ ਵਿੱਚ ਉਸਨਿਕਸ ਸਿਟੀ ਨਾਮ ਦਾ ਇੱਕ ਫਲੋਟਿੰਗ ਸਿਟੀ ਸਥਾਪਿਤ ਕੀਤਾ ਜਾ ਰਿਹਾ ਯੂਨ ਸ਼ੁਕ ਯੋਲ ਦੱਖਣੀ ਕੋਰੀਆ ਦੇ ਨਵੇਂ ਪ੍ਰੈਜ਼ੀਡੈਂਟ ਬਣੇ SpaceX ਨੇ ਦੱਖਣੀ ਕੋਰੀਆ ਦੇ ਮਿਲਟਰੀ ਸੈਟੇਲਾਈਟ ਐਨਾਸਿਸ 2 ਨੂੰ ਸਫਲਤਾਪੂਰਵਕ ਲਾਂਚ ਕੀਤਾ ਤੇ ਆਪਣਾ ਪਹਿਲਾ ਸਵਦੇਸ਼ੀ ਪੁਲਾੜ ਰਾਕੇਟ ਨੂਰੀ ਲਾਂਚ ਕੀਤਾ ਦੱਖਣੀ ਕੋਰੀਆ ਨੇ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਡਾਕਟਰ ਮੋਹਨ ਜਾਦਵ ਨੂੰ ਕਿਸ ਰਾਜ ਦਾ ਨਵਾਂ ਮੁੱਖ ਮੰਤਰੀ ਘੋਸ਼ਿਤ ਕੀਤਾ ਗਿਆ ਹਾਂਜੀ ਡਾਕਟਰ ਮੋਹਨ ਜਾਦਵ ਇਹ ਨਵੇਂ ਮੁੱਖ ਮੰਤਰੀ ਬਣੇ ਆ ਜੀ ਮੱਧ ਪ੍ਰਦੇਸ਼ ਦੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੀ ਗੱਲ ਹੋ ਰਹੀ ਆ ਤਾਂ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਡਾਕਟਰ ਮੋਹਨ ਜਾਦਵ ਬਣੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੀ ਕੈਪੀਟਲ ਕੀ ਆ ਭੋਪਾਲ ਤੇ ਇੱਥੋਂ ਦੇ ਮੁੱਖ ਮੰਤਰੀ ਤਾਂ ਇਹੀ ਬਣ ਗਏ ਨੇ ਡਾਕਟਰ ਮੋਹਨ ਜਾਦਵ ਤੇ ਗਵਰਨਰ ਕੌਣ ਨੇ ਮੰਗੂ ਭਾਈ ਸ਼ਗਨ ਭਾਈ ਪਟੇਲ ਮੱਧ ਪ੍ਰਦੇਸ਼ ਦੇ ਵਿੱਚ ਕੋਣੂ ਨੈਸ਼ਨਲ ਪਾਰਕ ਆ ਸੰਜੇ ਨੈਸ਼ਨਲ ਪਾਰਕ ਆ ਮਾਦਵ ਨੈਸ਼ਨਲ ਪਾਰਕ ਆ ਮੰਡਲਾ ਪਲਾਂਟ ਫਾਸਿਲ ਨੈਸ਼ਨਲ ਪਾਰਕ ਕਾ ਕਾਨਾ ਨੈਸ਼ਨਲ ਪਾਰਕ ਬੰਦਵਗੜ ਨੈਸ਼ਨਲ ਪਾਰਕ ਵਨ ਵਿਹਾਰ ਨੈਸ਼ਨਲ ਪਾਰਕ ਰੂਦਰ ਸਾਗਰ ਝੀਲ ਨੈਸ਼ਨਲ ਪਾਰਕ ਪੈਂਚ ਨੈਸ਼ਨਲ ਪਾਰਕ ਸਤਪੂਰਾ ਨੈਸ਼ਨਲ ਪਾਰਕ ਨੈਸ਼ਨਲ ਪਾਰਕ ਪੰਨਾ ਨੈਸ਼ਨਲ ਪਾਰਕ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਨੰਬਰ 1 ਤੇ ਆ ਮੱਧ ਪ੍ਰਦੇਸ਼ ਸੈਕੰਡ ਤੇ ਅੰਡੇਮਾਨ ਨਿਕੋਬਰ 3rd ਤੇ ਅਸਾਮ ਮੱਧ ਪ੍ਰਦੇਸ਼ ਦੇ ਨਿਮਚ ਵਿੱਚ ਭਾਰਤ ਦੇ ਸਭ ਤੋਂ ਵੱਡੇ ਪੰਪ ਸਟੋਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਨੈਸ਼ਨਲ ਸਮਾਰਟ ਸਿਟੀ ਕਨਕਲੇਵ ਵਿੱਚ ਇੰਦੌਰ ਸਭ ਤੋਂ ਵਧੀਆ ਸਮਾਰਟ ਸਿਟੀ ਦਾ ਦਰਜਾ ਪ੍ਰਾਪਤ ਕੀਤਾ ਇੰਦੌਰ ਨੇ। ਭਾਰਤ ਨੂੰ ਮੱਧ ਪ੍ਰਦੇਸ਼ ਵਿੱਚ ਚਰਨਜਮਾ ਟਾਈਗਰ ਰਿਜ਼ਰਵ, ਬੀਰਨਗਾਨਾ, ਦੁਰਗਾਬਤੀ ਟਾਈਗਰ ਰਿਜ਼ਰਵ ਮਿਲੇ। ਮੱਧ ਪ੍ਰਦੇਸ਼ ਕੈਬਨਿਟ ਨੇ ਮੌਵ ਲਿਚਿੰਗ ਵਿਕਟਿਮ ਕੰਪਨਸੇਸ਼ਨ ਸਕੀਮ ਨੂੰ ਮਨਜ਼ੂਰੀ ਦਿੱਤੀ। ਨੈਕਸਟ ਪੋਜੀਸ਼ਨ ਆ हाल ही ਵਿੱਚ ਅੰਤਰਰਾਸ਼ਟਰੀ ਪਹਾੜ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਪਹਾੜ ਦਿਵਸ ਪਹਾੜਾਂ ਤੇ ਰਹਿਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰੇਕ ਸਾਲ ਅੰਤਰਰਾਸ਼ਟਰੀ ਪਹਾੜ ਦਿਵਸ 11 ਦਸੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ਬੀਐਸਐਫ ਦਾ ਸਥਾਪਨਾ ਦਿਵਸ ਵੀ ਮਨਾਇਆ ਗਿਆ 2 ਦਸੰਬਰ ਨੂੰ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ, ਰਾਸ਼ਟਰੀ ਪ੍ਰਦੂਸ਼ਣ ਨਿਰੰਤਰਣ ਦਿਵਸ, ਅੰਤਰਰਾਸ਼ਟਰੀ ਗੁਲਾਮੀ ਖਾਤਮਾ ਦਿਵਸ ਮਨਾਇਆ ਗਿਆ। 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ। 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ। 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ, ਰਾਸ਼ਟਰੀ ਵਲੰਟੀਅਰ ਦਿਵਸ ਮਨਾਇਆ ਗਿਆ। 6 ਦਸੰਬਰ ਨੂੰ ਮਹਾ ਪਰਨਿਰਵਾਣ ਦਿਵਸ ਮਨਾਇਆ ਗਿਆ। 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ। ਅੰਤਰਰਾਸ਼ਟਰੀ ਸਹਿਰੀ ਹਵਾਵਾਜ਼ੀ ਦਿਵਸ ਮਨਾਇਆ ਗਿਆ 8 ਦਸੰਬਰ ਨੂੰ ਬੋਧੀ ਦਿਵਸ ਮਨਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ ਨੈਕਸਟ ਕੁਐਸਚਨ ਕਿਸ ਦੇਸ਼ ਨੇ ਹਾਲ ਹੀ ਵਿੱਚ ਪਹਿਲਾ ਚੌਥੀ ਪੀੜੀ ਦਾ ਪਰਮਾਣੂ ਰੀਐਕਟਰ ਸ਼ੁਰੂ ਕੀਤਾ ਹਾਂਜੀ ਚੌਥੀ ਪੀੜੀ ਦਾ ਪਰਮਾਣੂ ਰੀਐਕਟਰ ਸ਼ੁਰੂ ਕੀਤਾ ਵਾ ਚਾਈਨਾ ਨੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੁਣ ਚੀਨ ਨੇ ਕੀਤਾ ਤਾਂ ਦੇਖ ਸਕਦੇ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚਾਈਨਾ ਹਾਂਜੀ ਚੀਨ ਦੀ ਕੈਪੀਟਲ ਹੈ ਵਿਜ਼ਿੰਗ ਕਰਾਂਸੀ ਹੈ ਰੇਨ ਮਿਨਵੀ ਪ੍ਰੈਜ਼ੀਡੈਂਟ ਆ ਜੀ ਜ਼ਿੰਪਿੰਗ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਲੱਗਦੀ ਹੈ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਹੈ ਵਰਲਡ ਗੋਲਡ ਕਾਉਂਸਲਿੰਗ ਦੀ ਰਿਪੋਰਟ ਦੇ ਅਨੁਸਾਰ ਚੀਨ ਵਿਸ਼ਵ ਪੱਧਰ ਤੇ ਸੋਨੇ ਦੀ ਰੀਸਾਈਕਲਿੰਗ ਦੇ ਵਿੱਚ ਟੌਪ ਤੇ ਆ ਤੇ ਚੀਨ ਨੇ ਦੁਨੀਆ ਦਾ ਸਭ ਤੋਂ ਤੇਜ਼ ਇੰਟਰਨੈਟ ਲਾਂਚ ਕੀਤਾ ਫਿਲੀਪੀਨਸ ਨੇ ਚੀਨ ਦੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਚੀਨ ਨੇ ਚਾਓ ਯਿੰਗ ਨੂੰ ਅਫਗਾਨਿਸਤਾਨ ਵਿੱਚ ਆਪਣਾ ਨਵਾਂ ਰਾਜਦੂਤ ਬਣਾਇਆ ਭਾਰਤ ਨੇ ਚੀਨ ਤੋਂ ਸੂਰਜੀ ਊਰਜਾ ਦੀ ਦਰਾਮਦ ਨੂੰ 76% ਘਟਾ ਦਿੱਤਾ ਚੀਨ ਬੱਚਿਆਂ ਦੁਆਰਾ smartphones ਦੀ ਵਰਤੋਂ ਨੂੰ 2 ਘੰਟਿਆਂ ਤੱਕ ਸੀਮਿਤ ਕਰਨ ਦੀ ਯੋਜਨਾ ਬਣਾ ਰਹੀ ਹੈ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਨਰਕਸ਼ਰ ਮਈਆ ਕੇਸਰਾਜ ਦੀ ਟੇਬਲ ਟੈਨਿਸ ਐਸੋਸੀਏਸ਼ਨ ਦੀ ਪ੍ਰਧਾਨ ਚੁਣੀ ਗਈ ਹਾਂਜੀ ਰਕਸ਼ਰ ਮਈਆ ਦੀ ਜੇਕਰ ਗੱਲ ਕਰੀਏ ਤਾਂ ਇਹ ਕਰਨਾਟਕ ਰਾਜ ਦੀ ਟੇਬਲ ਟੈਨਿਸ ਐਸੋਸੀਏਸ਼ਨ ਦੀ ਪ੍ਰਧਾਨ ਚੁਣੀ ਗਈ ਆ ਆਪਸ਼ਨ ਨੰਬਰ ਬੀ ਇਥੇ ਰਾਈਟ ਆਨਸਰ ਹੈ ਜੇ ਕਰਨਾਟਕ ਹੁਣ ਕਰਨਾਟਕ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕਰਨਾਟਕ ਕਰਨਾਟਕ ਦੀ ਕੈਪੀਟਲ ਆ ਬੰਗਲੌਰ ਚੀਫ ਮਿਨਿਸਟਰ ਆ ਸਿਦਰ ਮਈਆ ਤੇ ਗਵਰਨਰ ਆ ਥਾਵਰਚੰਦ ਗਹਿਲੌਤ ਕਰਨਾਟਕ ਦੇ ਵਿੱਚ ਨਗਰ ਹਾਲ نیشنل ਪਾਰਕ ਬੰਦੀਪੁਰ نیشنل ਪਾਰਕ ਤੁੰਗਪਧਰਾ نیشنل ਪਾਰਕ ਕੁਦਰੇ ਮੁਖਾ نیشنل ਪਾਰਕ ਬਨੇਰ ਘਾਟਾ نیشنل ਪਾਰਕ ਅੰਸ਼ੀ نیشنل ਪਾਰਕ ਤੇ ਇਸ ਤੋਂ ਇਲਾਵਾ ਸੁਮੇਸ਼ਵਰ ਵਾਈਲਡਲਾਈਫ ਸੈਂਚਰੀ ਆ ਪਧਰਾ ਬਾਇਓਲਾਈਫ ਸੈਂਚਰੀ ਆ ਬੰਗਲੌਰ ਵਿੱਚ ਨਵਾਂ ਕੰਬਾਲਾ ਮੁਕਾਬਲਾ ਸ਼ੁਰੂ ਹੋਇਆ ਔਰਤਾਂ ਦੀ ਗਵਾਹੀ ਵਾਲੇ ਸਟਾਰਟਅਪਾਂ ਦੀ ਗਿਣਤੀ ਵਿੱਚ ਬੰਗਲੌਰ ਟੌਪ ਤੇ ਰਿਹਾ ਨੇਵ ਲਿਟਰੇਚਰ ਫੈਸਟੀਵਲ 2023 ਬੰਗਲੌਰ ਵਿੱਚ ਆਯੋਜਿਤ ਕੀਤਾ ਜਾਵੇਗਾ। ਭਾਰਤ ਦੇ ਪਹਿਲੇ ਭੂਮੀਗਤ ਟਰਾਂਸਫਾਰਮਰ ਦਾ ਬੰਗਲੌਰ ਵਿੱਚ ਉਦਘਾਟਨ ਕੀਤਾ ਗਿਆ। ਕਰਨਾਟਕ ਸਰਕਾਰ ਨੇ ਗ੍ਰਹਿ ਲక్ష్ਮੀ ਯੋਜਨਾ ਸ਼ੁਰੂ ਕੀਤੀ। ਕਰਨਾਟਕ ਸਰਕਾਰ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਨੂੰ ਖਤਮ ਕਰਕੇ ਨਵੀਂ ਸਿੱਖਿਆ ਨੀਤੀ ਬਣਾਈ। ਭਾਰਤ ਦੇ ਪਹਿਲੇ 3D ਪ੍ਰਿੰਟਡ ਆਕਰ ਦਾ ਬੰਗਲੌਰ ਵਿੱਚ ਉਦਘਾਟਨ ਹੋਇਆ। ਇੰਡੀਆ ਸਟਾਰਟਅਪ ਫੈਸਟੀਵਲ 2023 ਬੰਗਲੌਰ ਵਿੱਚ ਹੋਵੇਗਾ। ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਵਿਕਸਿਤ ਭਾਰਤ 2047 ਨੌਜਵਾਨਾਂ ਦੀ ਆਵਾਜ਼ ਇਹ ਪਹਿਲ ਕਿਸ ਨੇ ਸ਼ੁਰੂ ਕੀਤੀ? ਹਾਂਜੀ ਵਿਕਸਿਤ ਭਾਰਤ 2047 ਨੌਜਵਾਨਾਂ ਦੀ ਆਵਾਜ਼ ਪਹਿਲ ਸ਼ੁਰੂ ਕੀਤੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ। ਇਹ ਪਹਿਲਾ ਜਿਹੜੀ ਇਸ ਦਾ ਉਦੇਸ਼ ਆ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਭਾਰਤ ਦੇ ਨੌਜਵਾਨਾਂ ਨੂੰ ਇਕੱਤਰ ਕਰਨਾ ਜਾਂ ਇਕੱਠੇ ਕਰਨਾ ਨੈਕਸਟ ਕੁਐਸਚਨ ਹਾਲ ਹੀ ਵਿੱਚ 4 ਦਿਨਾਂ ਦੀ 27ਵੀਂ WIPA ਵਿਸ਼ਵ ਨਿਵੇਸ਼ ਕਾਨਫਰੰਸ ਦੀ ਮੇਜ਼ਬਾਨੀ ਕੌਣ ਕਰੇਗਾ WIPA WIPA World Association of Investment Promotion Agency ਇਸ ਦੀ ਮੀਟਿੰਗ ਆ ਜਿਹੜੀ ਜਾਂ ਕਾਨਫਰੰਸ ਦੀ ਮੇਜ਼ਬਾਨੀ ਉਹ ਸਾਡਾ ਦੇਸ਼ ਭਾਰਤ ਕਰੇਗਾ অপਸ਼ਨ B ਇਸ ਦਾ রাইਟ ਰਾਈਟ ਆਨਸਰ ਹੁਣ ਭਾਰਤ ਦੀ ਗੱਲ ਹੋ ਰਹੀ ਹੈ ਭਾਰਤ ਦੀ ਕੈਪੀਟਲ ਨਵੀਂ ਦਿੱਲੀ ਕ੍ਰਾਂਸੀਆ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਆ ਦਰਪੀ ਮੁਰਮੂ ਤੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ ਮਲੇਸ਼ੀਆ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲੇ ਦੀ ਆਗਿਆ ਦੇਵੇਗਾ ਭਾਰਤ ਸੋਸ਼ਲ ਮੀਡੀਆ ਲਈ ਸਖਤ ਉਮਰ ਤਸਦੀਕ ਦੀ ਯੋਜਨਾ ਬਣਾ ਰਿਹਾ ਭਾਰਤ ਭਾਰਤ ਨੇ 2023-24 ਵਿੱਚ ਰਿਕਾਰਡਡ 41010 ਪੈਡੈਂਟ ਬਣਾਏ ਆ ਭਾਰਤ ਲਗਾਤਾਰ ਤੀਜੀ ਵਾਰ ਏਆਈ ਬੀਡੀ ਦਾ ਪ੍ਰਧਾਨ ਚੁਣਿਆ ਗਿਆ ਭਾਰਤ ਆਈਸੀਸੀ ਦੇ ਤਿੰਨੋਂ ਫਾਰਮੈਟਾਂ ਵਿੱਚ ਨੰਬਰ 1 ਟੀਮ ਬਣਿਆ ਨੈਕਸਟ ਪੋਜੀਸ਼ਨ ਕਿਸ ਰਾਜ ਵਿੱਚ ਹਾਲ ਹੀ ਵਿੱਚ ਲਕਡੋਂਗ ਹਲਦੀ ਨੂੰ ਜੀਆਈ ਟੈਗ ਮਿਲਿਆ ਹਾਂਜੀ ਲਕਡੋਂਗ ਹਲਦੀ ਇਹ ਮੇਘਾਲਿਆ ਦੀ ਹੈ ਤੇ ਇਸ ਨੂੰ ਰੀਸੈਂਟਲੀ ਜੀਆਈ ਟੈਗ ਮਿਲਿਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਮੇਘਾਲਿਆ ਦੀ ਗੱਲ ਹੋ ਰਹੀ ਆ ਮੇਘਾਲਿਆ ਦੀ ਕੈਪੀਟਲ ਕੀ ਆ ਮੇਘਾਲਿਆ ਦੀ ਕੈਪੀਟਲ ਹੈ ਜੀ ਸਿਲੋਂਗ ਮੇਘਾਲਿਆ ਦੇ ਉਪ ਉਪਮ ਮੇਘਾਲਿਆ ਦੇ ਮੁੱਖ ਮੰਤਰੀ ਨੇ ਉਮੀਦ ਹਾਰ ਵਿੱਚ ਅਨਾਨਾਸ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ ਕੀਤਾ ਮੇਘਾਲਿਆ ਸਰਕਾਰ ਨੇ ਮੁੱਖ ਮੰਤਰੀ ਸੋਲਰ ਮਿਸ਼ਨ ਦੀ ਸ਼ੁਰੂਆਤ ਕੀਤੀ 9 ਸਾਲਾਂ ਦੀ ਪਾਬੰਦੀ ਤੋਂ ਬਾਅਦ ਮੇਘਾਲਿਆ ਵਿੱਚ ਕੋਲਾ ਮਾਈਨਿੰਗ ਕਾਨੂੰਨੀ ਤੌਰ ਤੇ ਮੁੜ ਸ਼ੁਰੂ ਹੋਇਆ ਸਿਲੋਂਗ ਵਿੱਚ ਉੱਤਰਪੂਰਬ ਦਾ ਸਭ ਤੋਂ ਵੱਡਾ ਮਲਟੀਪਰਪਸ ਇੰਡੋਰ ਸਟੇਡੀਅਮ ਬਣਾਇਆ ਜਾ ਰਿਹਾ। ਪ੍ਰਤੀ ਵਿਅਕਤੀਵਾਰੀ ਪਰਿਵਾਰ ਆਸਤਮਾਸੀ ਆਮਦਨ ਵਿੱਚ ਮਿਘਾਲਿਆ ਟੌਪ ਤੇ ਰਿਹਾ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਖੇਤਰੀ ਐਥਲੈਟਿਕਸ ਮੁਕਾਬਲੇ ਦੇ 100 ਮੀਟਰ ਮੁਕਾਬਲੇ ਵਿੱਚ ਕਿਸ ਨੇ ਸੋਨੇ ਦਾ ਮੈਡਲ ਜਿੱਤਿਆ? ਹਾਂਜੀ ਖੇਤਰੀ ਐਥਲੈਟਿਕ ਮੁਕਾਬਲੇ ਦੇ 100 ਮੀਟਰ ਮੁਕਾਬਲੇ ਵਿੱਚ ਅਬਾਸ ਜੈਦੀ ਨੇ 골ਡ ਮੈਡਲ ਜਿੱਤਿਆ। ਆਪਸ਼ਨ B ਇਸ ਦਾ ਰਾਈਟ ਆਂਸਰ ਹੈ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।